ਲਾਲ ਨੇ ਰੋਵਿਆ ਲਾਲ ਨੇ ਰੋਵਿਆ ਸਖੀ ਬਤਾਵੋ
ਪ੍ਰਾਣ ਪਤੀ ਸਖੀ ਸਖੀ ਬਤਾਓ
ਪੱਤੀਰੀ ਸੁਹਬ ਸੁਹਬ ਸੁਹਵੇ ਆਪਣੀਆਂ ਅੱਖਾਂ ਦੇ ਪਾਣੀ ਨਾਲ ਤੇਰੇ ਚਰਨ ਧੋਣ ਲਈ ਤਿਆਰ ਹਾਂ। ਭਾਵ ਮਿਲਾਵਾ ਸੰਗ ਨੈਣ ਬਤੀ ਜੇ ਕਿਤੇ ਭੇਜੇ ਕਿਸੇ ਥਾਵੇਂ ਜਾਣ ਨਾਲ ਮੈਨੂੰ ਉਹ ਮੱਤ ਆਉਂਦੀ ਹੋਵੇ ਤਾਂ ਮੈਂ ਤਤੀਰੀ ਛੇਤੀ ਉੱਥੇ ਪਹੁੰਚ ਜਾਵਾਂ। ਜੇ ਬਿਠਾਓ ਤੈ ਜਾਓ ਤਤੀਰੀ ਛੇਤੀ ਚਲੀ ਜਾਵਾਂ। ਜਪ ਤਪ ਸੰਜਮ ਦਿਓ ਜਤੀਰੀ ਮੇਰੇ ਕੋਲ ਕੋਈ ਵੀ ਜਪ ਤਪ ਸੰਜਮ ਦੀ ਜੇ ਕੋਈ ਚੀਜ਼ ਵਸਤੂ ਹੈ ਤਾਂ ਮੈਂ ਉਹ ਭੇਟਾ ਕਰਨ ਲਈ ਤਿਆਰ ਹਾਂ, ਪਰ ਬਦਲੇ ਵਿੱਚ ਤੇਰੇ ਕੋਲੋਂ ਹੈ ਸਖੀ ਇੱਕ ਗੱਲ ਚਾਹੁੰਦੀ ਹਾਂ, ਇੱਕ ਪਲ ਨਿਮਖ ਵਾਸਤੇ ਮੈਨੂੰ ਮੇਰਾ ਪ੍ਰੀਤਮ ਮਿਲਾ ਦੇ। ਜਪ ਤਪ ਸੰਜਮ ਦਿਓ ਜਤੀਰੀ ਇੱਕ ਨਿਮਖ ਮਿਲਾਵੋ ਇੱਕ ਨਿਮਖ ਮਿਲਾਵੋ ਮੋਹਿ ਪ੍ਰਾਣ ਪਤੀਰੀ ਇੱਕ ਨਿਮਖ ਮਿਲਾਵੋ ਪ੍ਰਾਣ ਪਤੀਰੀ ਸਾਰਾ ਸ਼ਬਦ ਇੱਕ ਮੱਤ ਮੰਗਦਾ ਹੈ। ਤੂੰ ਮੇਰੇ ਪ੍ਰੀਤਮ ਨੂੰ ਰਜਾਇਆ ਹੈ, ਮੈਨੂੰ ਵੀ ਦੱਸ, ਉਹ ਮੱਤ ਮੈਨੂੰ ਵੀ ਆ ਜਾਏ ਜਿਹਦੇ ਨਾਲ ਮੇਰਾ ਮਾਲਿਕ ਖੁਸ਼ ਹੋ ਜਾਏ। ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਲੜੀਵਾਰ ਚੱਲਦਾ ਰਾਤ ਦਾ ਸ਼ਬਦ ਉਹਦਾ ਦੂਜਾ ਪੱਖ ਤੁਹਾਡੇ ਨਾਲ ਸਾਂਝਾ ਕਰ ਰਿਹਾ। ਕਹਿੰਦੇ ਨੇ ਸੰਸਾਰ ਨੂੰ ਰਿਝਾਉਣ ਦੇ ਤਰੀਕੇ ਆ ਗਏ ਨੇ, ਉਹ ਹੈ ਕਣਕ ਕੰਮ ਨੇ, ਉਹਦੇ ਨਾਲ ਸੰਸਾਰ ਮਿਲਦਾ ਹੈ। ਔਰਤ ਦਾ ਸਤਿਕਾਰ ਮਾਣ ਸਨਮਾਨ, ਕਿਉਂਕਿ ਉਹ ਮਾਂ ਹੈ, ਸਾਰੇ ਸੰਸਾਰ ਨੂੰ ਜਨਮ ਦੇਣ ਵਾਲੀ ਹੈ।
ਜੇ ਔਰਤ ਨਾ ਹੋਵੇ ਤਾਂ ਸੰਸਾਰ ਦਾ ਜਨਮ ਨਾ ਹੁੰਦਾ, ਅਤੇ ਜੇ ਦੌਲਤ ਨਾ ਹੁੰਦੀ ਤਾਂ ਸੰਸਾਰ ਦਾ ਰੁਜ਼ਗਾਰ ਗੁਜ਼ਾਰਾ ਨਾ ਹੁੰਦਾ। ਇਸ ਲਈ ਸੋਨਾ ਅਤੇ ਔਰਤ, ਕਣਕ ਅਤੇ ਕਾਮਨ ਦੋਵੇਂ ਸੰਸਾਰ ਲਈ ਜ਼ਰੂਰੀ ਨੇ। ਸੰਸਾਰ ਨੂੰ ਰਿਝਾਉਣਾ ਹੋਵੇ ਤਾਂ ਮਨੁੱਖ ਕੋਲ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ, ਔਰਤ ਦਾ ਸਨਮਾਨ ਅਤੇ ਦੌਲਤ ਦਾ ਗੁਜ਼ਰਾਨਾ। ਪਰ ਲਓ ਰਾਤ ਜਿੱਥੋਂ ਪਰਤਿਆਂ, ਪਰ ਮੇਰੇ ਰੱਬ ਨੂੰ ਰਿਝਾਉਣਾ, ਰਾਮ ਨੂੰ, ਪ੍ਰਭੂ ਨੂੰ ਰਿਝਾਉਣਾ ਹੋਵੇ, ਸੰਸਾਰ ਨੂੰ ਰਿਝਾਉਣਦੀਆਂ ਉਹ ਚੀਜ਼ਾਂ ਨੇ। ਜੇ ਪ੍ਰਭੂ ਨੂੰ ਰਿਝਾਉਣਾ ਹੋਵੇ ਤਾਂ ਵੀ ਕੋਈ ਤਰੀਕਾ ਹੋਣਾ ਚਾਹੀਦਾ, ਕਿਉਂਕਿ ਮਾਤਾ ਪਿਤਾ ਤੋਂ ਤਾਂ ਉਹ ਪੈਦਾ ਹੀ ਨਹੀਂ ਹੋਇਆ, ਇਸ ਲਈ ਔਰਤ ਦੇ ਮੁਹਤਾਜ ਨਹੀਂ। ਕਬੀਰ ਕੋ ਸਵਾਮੀ ਐਸੋ ਠਾਕਰ, ਜਾ ਕੋ ਮਾਈ ਨਾ ਬਾਪੂ ਰੇ, ਉਹਨੇ ਜਨਮ ਤਾਂ ਲਿਆ ਹੀ ਨਹੀਂ। ਇਸ ਲਈ ਅਤੇ ਦੂਜਾ ਸੰਸਾਰ ਦੀ ਗੁਜ਼ਰਾਨ, ਜਿੰਦਾ ਸਰੀਰ ਕੋਈ ਨਹੀਂ, ਜਿੰਦਾ ਰੂਪ ਕੋਈ ਨਹੀਂ, ਉਹਨੇ ਕੱਪੜਾ ਨਹੀਂ ਪਾਉਣਾ, ਉਹਨੇ ਭੋਜਨ ਨਹੀਂ ਛਕਣਾ, ਉਹਨੂੰ ਮੁਹਤਾਜੀ ਕੋਈ ਨਹੀਂ। ਇਸ ਲਈ ਜੇ ਉਸ ਪ੍ਰਭੂ ਨੂੰ ਜਿਹੜਾ ਸਰੀਰ ਰਹਿਤ ਹੈ, ਜੇ ਉਹਨੂੰ ਰਿਝਾਉਣਾ ਹੋਵੇ, ਉਹਨੂੰ ਮਿਲਣਾ ਹੋਵੇ ਤਾਂ ਕਿਵੇਂ ਮਿਲਿਆ ਜਾਏ? ਲਓ ਆ ਸਵਾਲ ਅੱਜ ਦਾ ਸੀ, ਉਹਨੂੰ ਕਿਵੇਂ ਮਿਲਿਆ ਜਾਏ? ਕਿਉਂਕਿ ਇੱਥੇ ਮਸਲਾ ਤਾਂ ਆ ਖੜਾ ਹੋ ਗਿਆ ਸੀ, ਮੈਂ ਕਾਮਨ, ਮੈਂ ਕਾਮਨ, ਮੇਰਾ ਕੰਤ ਕਰਤਾ, ਉਹ ਵਿਸ਼ਾ ਸਾਹਮਣੇ ਆ ਗਿਆ। ਇੱਥੇ ਵਿਸ਼ਾ ਸੰਸਾਰ ਨਹੀਂ, ਕਰਤਾਰ ਦਾ ਹੈ, ਰਾਤ ਸੰਸਾਰ ਦਾ ਸੀ, ਅੱਜ ਕਰਤਾਰ ਦਾ। ਅਤੇ ਕਰਤਾਰ ਨੂੰ ਮਿਲਣ ਲਈ ਸੰਸਾਰ ਦੇ ਬੜੇ ਲੋਕ ਜੰਗਲਾਂ ਵਿੱਚ ਭਟਕਦੇ ਰਹੇ, ਤੀਰਥਾਂ 'ਤੇ ਦੌੜਦੇ ਰਹੇ, ਪਰ ਕਰਤਾਰ ਨੂੰ ਮਿਲਣ ਦਾ ਸਾਧਨ ਨਾ ਮਿਲ ਸਕਿਆ। ਲਓ ਜਿਹੜਾ ਮਿਲਿਆ ਹੈ, ਮੈਂ ਉਹਦੇ ਕੋਲੋਂ ਪੁੱਛਦੀ ਹਾਂ, ਸਤ ਸੰਗਤ ਕੀ ਹੈ? ਅੱਜ ਅਸੀਂ ਇਹ ਵੀ ਸਮਝਣਾ ਵੀ ਸਤ ਸੰਗਤ, ਸਾਧ ਸੰਗਤ ਵਿੱਚ ਕਿਉਂ ਆਉਣ ਦੀ ਲੋੜ ਹੈ, ਅਸੀਂ ਕਿਉਂ ਆਉਂਦੇ ਹਾਂ, ਕਿਉਂ ਆਉਂਦੇ ਹਾਂ? ਗੁਰੂ ਨੇ ਕਿਉਂ ਬਾਣੀ ਵਿੱਚ ਆਖ ਦਿੱਤਾ, ਹੋ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਿਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਕਿਉਂਕਿ ਸਵਾਲ ਤਾਂ ਇਹ ਹੈ, ਮੈਂ ਕਾਮਨ, ਮੇਰਾ ਕੰਤ ਕਰਤਾਰ, ਉਹਨੂੰ ਕਿੱਥੇ ਮਿਲਾਂ ਅਤੇ ਕਿਵੇਂ ਮਿਲਾਂ? ਅਤੇ ਸਾਧ ਸੰਗਤ ਦਾ ਮਤਲਬ ਹੈ ਜਿੱਥੇ ਪ੍ਰਭੂ ਦੇ ਮਿਲਣ ਦੀਆਂ ਗੱਲਾਂ ਹੋਣ, ਉਹਦੇ ਕਿਆਫੇ ਲਗਾਏ ਜਾਣ, ਉਹਦੇ ਉਹਦੀਆਂ ਸੋਚਾਂ ਅਤੇ ਤਰਕੀਬਾਂ ਸੋਚੀਆਂ ਜਾਣ ਵੀ ਰੱਬ ਨੂੰ ਕਿਵੇਂ ਮਿਲਾਂ।
ਇਸ ਲਈ ਜਿੰਨੇ ਇੱਥੇ ਲੋਕ ਆਉਂਦੇ ਨੇ ਉਹ ਆਪਸ ਵਿੱਚ ਸਖੀਆਂ ਨੇ, ਭਾਵ ਸਹੇਲੀਆਂ ਨੇ। ਅਸੀਂ ਤੁਸੀਂ ਸਾਰੇ ਇੱਕ ਸਹੇਲੀਆਂ ਦੇ ਰੂਪ ਵਿੱਚ ਇਕੱਠੇ ਹੁੰਦੇ ਹਾਂ, ਜਿਵੇਂ ਸਹੇਲੀਆਂ ਇਕੱਠੀਆਂ ਹੋ ਕੇ ਆਪਣੇ ਮਾਲਕ ਦੀਆਂ ਗੱਲਾਂ ਕਰਦੀਆਂ ਨੇ, ਇਸੇ ਤਰ੍ਹਾਂ ਗੁਰਮੁਖ ਸਿੱਖ ਸਾਧ ਸੰਗਤ ਵਿੱਚ ਇਕੱਠੇ ਹੋ ਕੇ ਰੱਬ ਦੀਆਂ ਗੱਲਾਂ ਕਰਦੇ ਨੇ ਅਤੇ ਪੁੱਛਦੇ ਨੇ। ਲਓ, ਇਸ ਸ਼ਬਦ ਦਾ ਥੀਮ ਇਹ ਹੈ। ਸਤਿਗੁਰੂ ਕਹਿੰਦੇ ਨੇ, ਇੱਥੇ ਆ ਕੇ ਇੱਕ ਸਵਾਲ ਹੈ, ਲਾਲਨ ਰਾਵਿਆ ਕਮਨ ਗਤੇਰੀ। ਜੇ ਤੂੰ ਰੱਬ ਵੇਖਿਆ ਤਾਂ ਮੈਨੂੰ ਵੀ ਦੱਸ। ਜਿੰਨੀ ਸਖੀ ਆਪਸ ਵਿੱਚ ਸਖੀਆਂ ਇਕੱਠੀਆਂ ਹੋਈਆਂ, ਜਿੰਨੀ ਸਖੀ ਸਹਿਰ ਆਵਿਆ ਤੈਨੂੰ ਪੁੱਛੋਂਗੀ ਜਾਏ। ਜਿਹੜੀਆਂ ਮਿਲੀਆਂ ਸਖੀਆਂ, ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਗੁਰੂ ਬਾਣੀ ਵਿੱਚ ਕਹਿੰਦੇ ਨੇ ਅਸੀਂ ਤੁਸੀਂ ਸਾਰੀਆਂ ਇੱਕ ਸਹੇਲੀਆਂ ਹਾਂ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰਪਾਸ ਇੱਕ ਗੁਰ ਕਾ ਕਾਰੇ ਲਾਈਆਂ, ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਓ ਗੁਰੂ ਦੇ। ਗੁਰਸਿੱਖਾਂ ਇੱਕੋ ਪਿਆਰ ਜਿਵੇਂ ਸਹੇਲੀਆਂ ਦਾ ਹੁੰਦਾ ਹੈ, ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ। ਅਤੇ ਇੱਥੇ ਅਸੀਂ ਸਵਾਲ ਕਰਨਾ ਕਿ ਹੇ ਸਖੀ ਮੈਨੂੰ ਉਹ ਮਤ ਦੇ। ਅਸੀਂ ਗੁਰਬਾਣੀ ਕਿਉਂ ਵਿਚਾਰਨੇ ਹਾਂ? ਗੁਰੂ ਕੋਲੋਂ ਮਤ ਲੈਣ ਆਉਂਦੇ ਹਾਂ। ਹੇ ਸਖੀ ਮੈਨੂੰ ਉਹ ਮਤ ਦੇ ਕਿ ਤੂੰ ਆਪਣੇ ਪ੍ਰੀਤਮ ਨੂੰ ਕਿਵੇਂ ਰਜਾਇਆ। ਲਾਲਨ ਰਾਵਿਆ ਕਮਲ ਗਤੇਰੀ, ਸਖੀ ਬਤਾਓ ਮੁਝੇ ਮਤੀਰੀ। ਉਹ ਮਤ ਮੈਨੂੰ ਵੀ ਦੇ। ਸਖੀ ਬਤਾਓ ਮੁਝੇ ਮਤੀਰੀ, ਜਦੋਂ ਮੈਂ ਤੇਰੇ ਵੱਲ ਦੇਖ ਰਹੀ ਹਾਂ, ਸੁਹਬ ਸੁਹਬ ਸੁਹਵੇ ਆਪਣੇ ਪ੍ਰੀਤਮ ਕੇ ਰੰਗ ਰਤੇ। ਜਦੋਂ ਤੈਨੂੰ ਬਾਣੀ ਨਾਲ, ਤੈਨੂੰ ਰੱਬ ਨਾਲ, ਤੈਨੂੰ ਪ੍ਰੀਤਮ ਨਾਲ ਜੁੜਿਆ ਦੇਖਣੀ ਆ, ਤੇ ਮੇਰੇ ਮਨ ਅੰਦਰ ਵੀ ਸ਼ੌਕ ਪੈਦਾ ਹੁੰਦਾ ਹੈ। ਤੂੰ ਆਪਣੇ ਪ੍ਰੀਤਮ ਦੇ ਠਾਕੁਰ ਦੇ ਰੰਗ ਵਿੱਚ ਰੰਗੀ ਹੋਈ ਹੈ, ਮੈਨੂੰ ਵੀ ਉਹ ਮਤ ਦੇ। ਆਪਣੇ ਪ੍ਰੀਤਮ ਕੇ ਰੰਗ ਰਤੀ, ਮੈਂ ਆਪਣੀਆਂ ਅੱਖਾਂ ਦੇ ਹੰਝੂਆਂ ਨਾਲ ਤੇਰੇ ਚਰਨ ਧੋਣ ਲਈ ਤਿਆਰ ਹਾਂ। ਪਾਪ ਮਲੋਵੋ ਸੰਗ ਨੈਣ ਭਤੀਰੀ। ਜੇ ਕਿਤੇ ਜਾਣ ਨਾਲ, ਕਿਤੇ ਪਹੁੰਚ ਨਾਲ, ਕਿਸੇ ਤੀਰਥ 'ਤੇ, ਕਿਸੇ ਗੁਰਦੁਆਰੇ, ਕਿਸੇ ਮਸਜਿਦ 'ਤੇ, ਕਿਸੇ ਧਰਮ ਸਥਾਨ 'ਤੇ ਪਹੁੰਚਣ ਲਈ ਰੱਬ ਮਿਲਦਾ ਹੋਵੇ ਤਾਂ ਮੈਨੂੰ ਦੱਸ, ਮੈਂ ਉੱਥੇ ਜਾਣ ਲਈ ਤਿਆਰ ਹਾਂ।
ਜੈ ਪਠਾਵੋ ਤੇ ਜੈ ਉਹ ਤਾਂ ਤੀਰੀ ਛੇਤੀ ਜਾਵਾਂ। ਮੇਰਾ ਟਾਈਮ ਜ਼ਿੰਦਗੀ ਦਾ ਜੀਵਨ ਦਾ ਹਰ ਪਲ ਬੇਅਰਥ ਨਾ ਚਲਾ ਜਾਏ, ਛੇਤੀ ਚਲਾ ਜਾਵਾਂ। ਜੋ ਕੁਝ ਮੇਰੇ ਕੋਲ ਹੈ ਉਹ ਤੇਰੇ ਅਰਪਣ ਕਰਨੀ ਆ। ਜਪ ਤਪ ਸੰਜਮ ਦਿਓ ਜਤੀਰੀ, ਬਸ ਬਦਲੇ ਵਿੱਚ ਚਾਹੁੰਦੀ ਕੀ ਆ, ਇੱਕ ਨਿਮਖ ਮਿਲਾਵੋ ਮੋਹ ਪ੍ਰਾਣ ਪਤੀਰੀ। ਹੁਣ ਦੇਖਣਾ ਜਵਾਬ ਕੀ ਹੈ। ਇਹ ਸਾਰੇ ਸ਼ਬਦ ਵਿੱਚ ਤੜਪ ਹੈ, ਮਿਲਾਪ ਦੀ ਤਾਂਘ ਹੈ, ਸਾਧ ਸੰਗਤ ਵਿੱਚ ਪੁੱਜ ਕੇ ਸਖੀਆਂ ਸਖੀਆਂ ਕੋਲੋਂ ਤਾਂਘ ਕਿਆ ਫਿਰ ਪੁੱਛਦੀਆਂ ਨੇ, ਪਰ ਜਵਾਬ ਆਖਰੀ ਇੱਕ ਲਾਈਨ ਵਿੱਚ ਹੈ। ਕਹਿਣ ਲੱਗੇ ਜਵਾਬ ਇਹ ਹੈ, ਮਾਨ ਤਾਨ ਅਹੰ ਬੁੱਧ ਹੈ ਤੇਰੀ, ਬਸ ਹੰਕਾਰ ਛੱਡ ਦੇ, ਇਹ ਨਾ ਸੋਚ ਮੇਰੇ ਵਿੱਚ ਸਿਆਣੇ ਪਏ, ਇਹ ਨਾ ਸੋਚ ਜੋ ਕੁਝ ਮੈਂ ਕਰ ਰਹੀ ਹਾਂ ਉਹ ਠੀਕ ਹੈ। ਅਹੰ ਬੁੱਧ ਹੰਕਾਰ ਭਰੀ ਬੁੱਧੀ ਛੱਡ ਦੇ, ਮਾਨ ਤਾਨ ਛੱਡ ਦੇ, ਸੁਹਾਗਵਤੀ ਆਪਣੇ ਪ੍ਰੀਤਮ ਨਾਲ ਠਾਕਰ ਨਾਲ ਮਿਲੀ ਹੋਈ ਇੱਕ ਸੰਜੋਗਨ ਤਾਂ ਬਣ ਸਕੇਗੀ। ਮਾਨ ਤਾਨ ਅਹੰ ਬੁੱਧ ਹਤੀ, ਹਤੀ ਤੋਂ ਭਾਵ ਹੈ ਹੱਤਿਆ ਕਰ ਦੇਣੀ, ਖਤਮ ਕਰ ਦੇਣੀ। ਮਾਨ ਤਾਨ ਅਹੰ ਬੁੱਧ ਹਤੀ, ਸਾ ਨਾਨਕ ਸਾ ਨਾਨਕ ਸੁਹਾਗਵਤੀ, ਸਖੀ ਬਤਾਵੋ ਮੁਝੇ ਮਤੀਰੀ, ਕਮਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਸਖੀ ਬਤਾਵੋ ਕਿਨ ਬਿਦ ਮਿਲੇ ਗੁਸਾਈ, ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹ ਮਾਰਗ ਦਿਓ ਬਤਾਈ, ਸਖੀ ਬਤਾਓ ਮੋਹ ਮਾਰਗ ਦਿਓ ਬਤਾਈ, ਜਿੰਨੀ ਸਖੀ ਸਹਿਰਾਵੇ ਜਿੰਨੀ ਸਖੀ ਸਹਿਰਾਵਿਆ, ਤਿੰਨ ਪੁੱਛੋਗੀ ਜਾਏ ਸਖੀ ਬਤਾਓ, ਤਿੰਨ ਪੁੱਛੋਗੀ ਜਾਏ ਪਾਏ ਲਗੋ ਉਹਦੇ ਚਰਨ ਫੜ ਲਓ ਮੈਂ ਲਗੋ ਬਿਨਤੀ ਕਰੋ, ਕਿੱਡੀ ਤੜਪ ਹੈ। ਪਰ ਇੱਕ ਖਿਆਲ ਕਰਿਓ, ਤੜਪ ਦੇ ਨਾਲ
ਮਤ ਮੰਗੀ ਜਾ ਰਹੀ ਕਿਉਂ? ਕਿਉਂਕਿ ਮਤ ਗਿਆਨ ਹੈ। ਜੇ ਤੜਪ ਹੋਵੇ ਪਰ ਗਿਆਨ ਨਾ ਹੋਵੇ, ਤੜਪ ਬਲ ਪੈਦਾ ਕਰਦੀ ਹੈ, ਦੌੜ ਪੈਂਦਾ ਮਨੁੱਖ, ਪਰ ਗਿਆਨ ਦੱਸਦਾ ਹੈ ਤੇਰੀ ਮੰਜ਼ਿਲ ਕਿਹੜੇ ਪਾਸੇ ਹੈ, ਕਿੰਨੀ ਦੂਰੀ ਤੇ ਹੈ, ਕਿਤੇ ਥੱਕ ਨਾ ਜਾਈ। ਦੋ ਚੀਜ਼ਾਂ ਦੀ ਲੋੜ ਹੈ, ਤੜਪ ਤੇ ਗਿਆਨ। ਇਸੇ ਲਈ ਤੜਪ ਵਿੱਚ ਮਤ ਮੰਗੀ ਜਾ ਰਹੀ ਹੈ। ਮਤ ਕੀ ਹੈ? ਗਿਆਨ। ਗੁਰੂ ਨੂੰ ਆਪਾਂ ਗੁਰਮਤ ਕਿਉਂ ਕਹਿੰਦੇ? ਗੁਰੂ ਸਾਨੂੰ ਮਤ ਦੇਵੇ। ਇੱਥੇ ਵੀ ਮਤ ਮੰਗੀ ਜਾ ਰਹੀ। ਕਹਿੰਦੇ ਨੇ ਸਖੀ, ਜਿੰਨੀ ਸਖੀ ਸਹਿਰ ਆਵੇ ਆ ਤੈਨੂੰ ਪੁੱਛੋ ਕਿ ਜਾਏ, ਪਾਏ ਲੱਗੋ, ਬੇਨਤੀ ਕਰੋ। ਬੇਨਤੀ ਕਰਾਂ, ਲਿਹੋਂਗੀ ਪੰਥ ਬਤਾਏ, ਉਹਦੇ ਕੋਲੋਂ ਮੈਂ ਆਪਣਾ ਰਾਹ ਪੁੱਛ ਲਵਾਂਗੀ ਵੀ ਕਿਵੇਂ ਤੁਰੀਦਾ, ਕਿੰਨੀ ਤਾਂਗ ਨਾਲ ਤੁਰੀਦਾ, ਕਿਹੜੀ ਸਪੀਡ ਤੇ, ਕਿਸ ਦਿਸ਼ਾ ਤੇ। ਕਿਉਂਕਿ ਦਿਸ਼ਾ ਤੂੰ ਆਪਣੀ ਮਰਜ਼ੀ ਨਾਲ ਨਿਸ਼ਚਿਤ ਨਾ ਕਰੀ। ਮਨੁੱਖ ਵਿੱਚ ਮੁਗਾਲਤਾ ਹੀ ਇਹੋ ਹੀ ਹੈ, ਅੱਜ ਦਾ ਦੁਖਾਂਤ ਇਹੋ ਹੈ। ਇਹ ਨਹੀਂ ਕਿ ਰੱਬ ਨੂੰ ਮਿਲਣ ਦੀ ਤਾਂਗ ਨਹੀਂ, ਰੱਬ ਪ੍ਰਸਤ ਲੋਕ ਘੱਟ ਗਏ ਨੇ, ਬਿਲਕੁਲ ਨਹੀਂ। ਮਤ ਸਮਝਿਓ ਨਾਸਤਿਕਤਾ ਫੈਲ ਗਈ ਹੈ, ਬਿਲਕੁਲ ਨਹੀਂ। ਅੱਗੇ ਨਾਲੋਂ ਗੁਰਦੁਆਰੇ ਵਧੇ ਨੇ, ਅੱਗੇ ਨਾਲੋਂ ਅਖੰਡ ਪਾਠ ਜ਼ਿਆਦਾ ਹੁੰਦੇ ਨੇ, ਅੱਗੇ ਨਾਲੋਂ ਸਹਿਜ ਪਾਠ ਜ਼ਿਆਦਾ ਹੁੰਦੇ ਨੇ, ਅੱਗੇ ਨਾਲੋਂ ਕੀਰਤਨੀ ਪ੍ਰਚਾਰਕ ਗਿਣਤੀ ਵਿੱਚ ਜ਼ਿਆਦਾ ਨੇ। ਆਖਰ ਤਾਂ ਕੋਈ ਕੰਮ ਹੈ ਨਾ, ਕੋਈ ਜ਼ਰੂਰਤ ਹੈ। ਜੇ ਰੋਗ ਵਧੇ ਨੇ, ਵਧਦੇ ਨੇ, ਤਾਂ ਹੀ ਡਾਕਟਰ ਦੀ ਜ਼ਰੂਰਤ ਪੈਂਦੀ ਹੈ। ਰੋਗ ਵਧੇ ਨੇ, ਡਾਕਟਰ ਵੱਧ ਗਏ ਨੇ। ਅੱਗੇ ਮਨੁੱਖ ਇੰਨਾ ਰੋਗੀ ਨਹੀਂ ਸੀ, ਹੁਣ ਜੋ ਜੋ ਦੀ ਸੇ ਸੋ ਸੋ ਰੋਗੀ। ਉਹਦਾ ਨਤੀਜਾ ਨਿਕਲਿਆ, ਡਾਕਟਰਾਂ ਦੀ ਗਿਣਤੀ ਵੀ ਵੱਧ ਗਈ ਹੈ, ਹੋਸਪਿਟਲਾਂ ਦੀ ਗਿਣਤੀ ਵੀ ਵੱਧ। ਅੱਗੇ ਕਦੀ ਕਈਆਂ ਪਿੰਡਾਂ ਕਈਆਂ ਮੀਲਾਂ ਦੇ ਅੰਦਰ ਕੋਈ ਇੱਕ ਅੱਧ ਹੋਸਪਿਟਲ ਹੁੰਦਾ ਸੀ, ਹੁਣ ਕੋਈ ਮੁਹੱਲਾ ਐਸਾ ਨਹੀਂ ਬਣਦਾ ਜਿੱਥੇ ਕਲੀਨਿਕ ਨਾ ਹੋਵੇ। ਕਿਉਂ? ਕਿਉਂਕਿ ਰੋਗੀ ਹੈ, ਰੋਗੀ ਨੂੰ ਡਾਕਟਰ ਚਾਹੀਦਾ। ਲੋੜ ਹੈ, ਲੋੜ ਮਨੁੱਖ ਦੇ ਕਿਸੇ ਵੀ ਕੰਮ ਦੀ ਇਜ਼ਾਦ ਦਾ ਸਾਧਨ ਹੈ। ਲੋੜ ਵਿੱਚੋਂ ਹਰ ਇੱਕ ਚੀਜ਼ ਇਜ਼ਾਦ ਹੁੰਦੀ ਹੈ। ਇਹਦਾ ਮਤਲਬ ਧਰਮ ਵੀ ਇੱਕ ਲੋੜ ਹੈ, ਅੱਜ ਬਣ ਗਈ ਹੈ, ਪਹਿਲਾਂ ਘੱਟ ਸੀ ਅੱਜ ਜ਼ਿਆਦਾ ਹੈ, ਕਿਉਂਕਿ ਗੁਰਦੁਆਰੇ ਜ਼ਿਆਦਾ ਨੇ, ਪ੍ਰਚਾਰਕ ਜ਼ਿਆਦਾ ਨੇ। ਮੈਨੂੰ ਸੁਭਾਅ, ਮੈਂ ਦੂਜੇ ਪੱਖ ਨੂੰ ਨਾਲ ਨਾਲ ਦੇਖ ਲਿਆ। ਇਹਦਾ ਮਤਲਬ ਆਸਤਿਕਤਾ ਹੈ, ਨਾਸਤਿਕਤਾ ਨਹੀਂ ਵਧੀ। ਰੱਬ ਪ੍ਰਸਤ ਲੋਕ ਅੱਗੇ ਨਾਲੋਂ ਜ਼ਿਆਦਾ ਪੈਦਾ ਹੋਏ ਨੇ, ਅੱਡੇ ਅੱਗੇ ਇੰਨੇ ਖੂਬਸੂਰਤ ਗੁਰਦੁਆਰੇ ਨਹੀਂ ਸਨ ਹੁੰਦੇ, ਗਿਣਤੀ ਵੀ ਇੰਨੀ ਜ਼ਿਆਦਾ ਨਹੀਂ ਸੀ ਹੁੰਦੀ।
ਹੁਣ ਜ਼ਿਆਦਾ ਹੈ, ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਨਾਸਤਿਕਤਾ ਵਧੀ ਹੈ? ਨਹੀਂ, ਆਸਤਿਕਤਾ ਵਧੀ ਹੈ, ਰੱਬ ਪ੍ਰਸਤ ਲੋਕ ਜ਼ਿਆਦਾ ਪੈਦਾ ਹੋਏ ਨੇ। ਪਰ ਦੁਖਾਂਤ ਕੀ ਹੈ ਵੀ ਦੌੜ ਤਾਂ ਲਾਈ ਹੋਈ ਹੈ, ਕਾਫਲਾ ਵੱਡਾ ਹੋਇਆ, ਪਰ ਦਿਸ਼ਾ ਨਿਸ਼ਚਿਤ ਕਰਨ ਵਾਲਾ ਕੋਈ ਨਹੀਂ। ਪਤਾ ਨਹੀਂ ਕਿੱਧਰ ਦੌੜ ਰਿਹਾ। ਰੱਬ ਪ੍ਰਸਤ ਲੋਕ ਹਨ ਪਰ ਪਤਾ ਨਹੀਂ ਕੀ ਕਰ ਰਹੇ ਹਾਂ। ਰਾਤ ਵੀ ਇੱਕ ਲਫ਼ਜ਼ ਸਨ, ਮੈਂ ਉਹਨਾਂ ਨੂੰ ਨਾਲ ਜੋੜ ਪਾਉਣਾ ਚਾਹੁੰਦਾ। ਸੰਸਾਰ ਦਾ ਇੱਕ ਕ੍ਰਿਸ਼ਮਾ ਰਾਤ ਸੀ ਕਿ ਕਣਕ ਕੰਮ ਨੇ, ਉਹਦੇ ਵਿੱਚ ਦੋ ਗੱਲਾਂ ਮੇਰੇ ਸਾਹਮਣੇ ਸਨ, ਦੌਲਤ ਅਤੇ ਔਜਤ, ਦੋਨੋਂ ਸ਼ਕਤੀਆਂ ਜਿਹਦੇ ਸਹਾਰੇ ਸੰਸਾਰ ਚੱਲ ਰਿਹਾ ਹੈ। ਅਤੇ ਮਨੁੱਖ ਨੂੰ ਇੰਨਾ ਮੁਗਾਲਤਾ ਪੈ ਗਿਆ, ਇਹ ਨਾ ਸਮਝਿਆ ਵੀ ਜਿਹੜੀ ਅਗਲੀ ਦੀ ਲਾਈਨ ਇਹ ਆਖੀ ਸੀ ਨਾ, ਮੈਂ ਕਾਮਣ ਮੇਰਾ ਕੰਤ ਕਰਤਾਰ, ਅਤੇ ਕਰਤਾਰ ਜਿਹੜਾ ਹੈ ਉਹ ਨਾ ਜਨਮ ਲੈਂਦਾ ਨਾ ਉਹਦਾ ਸਰੀਰ ਹੈ, ਇਹ ਗੱਲ ਨਾ ਸਮਝ ਸਕਿਆ। ਇਹਨੇ ਸਮਝਿਆ ਵੀ ਜਿਵੇਂ ਉਹ ਦੋ ਚੀਜ਼ਾਂ ਬਿਨਾਂ ਕੰਮ ਨਹੀਂ ਚੱਲਦਾ ਸੰਸਾਰ ਦਾ, ਇਸੇ ਤਰ੍ਹਾਂ ਖੋਰੇ ਨਿਰੰਕਾਰ ਨੂੰ ਪ੍ਰਾਪਤ ਕਰਨ ਲਈ ਵੀ ਇਹਨਾਂ ਦੋ ਚੀਜ਼ਾਂ ਦੀ ਲੋੜ ਹੈ। ਇਹਨੇ ਰੱਬ ਨੂੰ ਰਿਝਾਉਣ ਲਈ ਵੀ ਦੌਲਤ ਸ਼ੁਰੂ ਕਰ ਲਈ ਵੀ ਦੌਲਤ ਦੇ ਸਹਾਰੇ ਰੱਬ ਰੀਝ ਪਏਗਾ। ਜੇ ਅੱਗੇ ਮੈਂ 5 ਰੁਪਏ ਦਾ 10 ਰੁਪਏ ਦਾ ਰੁਮਾਲਾ ਪਾਉਣਾ ਤਾਂ ਹੁਣ ਮੈਂ 10 ਲੱਖ ਦਾ ਪਾ ਸਕਣਾ, ਅੱਜ ਹੋ ਰਿਹਾ ਹੈ ਪੈਸਾ, ਦੌਲਤ ਨਾਲ ਰੱਬ ਰਿਝਾਇਆ ਜਾ ਸਕਦਾ। ਸੋਨੇ ਦੇ ਛੱਬੇ ਭੇਟਾ ਕਰਨ ਵਾਲੇ ਦੀ ਮਾਨ ਸਨਮਾਨ ਜ਼ਿਆਦਾ ਕਿਉਂ ਹੁੰਦਾ ਹੈ? ਦੌਲਤ ਹੈ ਅਤੇ ਦੌਲਤ ਉਹ ਕਿਉਂ ਭੇਟ ਕਰਦਾ ਹੈ ਅੱਗੇ ਨਾਲੋਂ? ਕੀ ਕਿਉਂਕਿ ਹਰ ਇੱਕ ਅੱਜ ਅਸਥਾਨ ਅਤੇ ਧਰਮ ਅਸਥਾਨਾਂ 'ਤੇ ਧਰਮ ਨਹੀਂ ਇੱਕ ਭਰਮ ਬਿਜ਼ਨਸ ਵਪਾਰ ਬਣ ਗਿਆ ਹੈ, ਔਰ ਝਗੜੇ ਇਹੋ ਕਾਰਨ ਨੇ। ਅਜੀਬ ਗੱਲ ਹੈ, ਜੇ ਧਰਮ ਸਥਾਨ ਹੋਵੇ, ਸਤਿਗੁਰੂ ਨੇ ਬਾਣੀ ਅੰਦਰ ਇੱਕ ਗੱਲ ਆ ਦਿੱਤੀ, ਕਹਿਣ ਲੱਗੇ ਰੱਬ ਨੂੰ ਰਿਝਾਉਣ ਲਈ ਜੇ ਤੂੰ ਕੋਈ ਸ਼ਿੰਗਾਰ ਕਰਨਾ ਤਾਂ ਉਹ ਸ਼ਿੰਗਾਰ ਬਾਜ਼ਾਰੋਂ ਨਹੀਂ ਮਿਲਣਾ, ਉਹ ਜਿਹੜਾ ਸੰਸਾਰ ਨੂੰ ਰਿਝਾਉਣ ਲਈ ਸ਼ਿੰਗਾਰ ਹੈ ਨਾ, ਭਾਵੇਂ ਸੋਹਣੇ ਵਸਤਰ ਨੇ, ਕੀਮਤੀ ਵਸਤਰ ਨੇ, ਭਾਵੇਂ ਗਹਿਣੇ ਨੇ, ਉਹ ਬਾਜ਼ਾਰੋਂ ਮਿਲ ਸਕਦੇ ਨੇ, ਦੌਲਤ ਨਾਲ ਖਰੀਦੇ ਜਾ ਸਕਦੇ ਨੇ। ਪਰ ਜੇ ਤੂੰ ਰੱਬ ਨੂੰ ਰਿਝਾਉਣਾ ਹੋਵੇ, ਮੈਂ ਕਾਮਣ ਮੇਰਾ ਕੰਤ ਕਰਤਾਰ ਰਚ ਰਚ ਤਾਂ ਕੋ ਕਰੋ ਸ਼ਿੰਗਾਰ, ਤਾਂ ਉਹ ਸ਼ਿੰਗਾਰ ਜਿਹੜੇ ਨੇ ਉਹ ਬਾਜ਼ਾਰੋਂ ਨਹੀਂ ਮਿਲਣੇ ਵੀ ਤੂੰ ਕੀਮਤੀ ਰੁਮਾਲਾ ਖਰੀਦ ਲਿਆਵੇਂ ਅਤੇ ਰੱਬ ਨੂੰ ਖੁਸ਼ ਕਰ ਲਵੇਂ, ਉਹ ਸ਼ਿੰਗਾਰ ਨਾਲ ਰੱਬ ਖੁਸ਼ ਨਹੀਂ ਹੋਣਾ। ਸਤਿਗੁਰੂ ਨੇ ਆਖਿਆ ਜੀ ਕੀ ਸ਼ਿੰਗਾਰ ਕਰਾਂ, ਹੁਣ ਬਾਣੀ ਹਰ ਗੱਲ ਦਾ ਜਵਾਬ ਹੈ। ਮੈਂ ਕਈ ਵਾਰ ਅਰਜ਼ ਕਰਨਾ ਵੀ ਕਾਸ਼ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੋਦ ਵਿੱਚ ਚਲੇ ਜਾਈਏ, ਸਭ ਗੱਲਾਂ ਦਾ ਜਵਾਬ ਮਿਲਦਾ। ਸਤਿਗੁਰੂ ਕਹਿੰਦੇ ਨੇ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਓ, ਇਸ ਨੂੰ ਸਪੈਸ਼ਲ ਹੋਰ ਕੀ ਕਰਨਾ,
ਕਹਿੰਦੇ ਨੇ ਜੇ ਰੱਬ ਨੂੰ ਰਿਝਾਣਾ ਹੀ ਤਾਂ ਦੌਲਤ ਨਾਲ ਨਹੀਂ। ਮੈਂ ਤਾਂ ਕਈ ਵਾਰ ਅਰਜ਼ ਕਰਦਾ ਭਲੇ ਹੋ, ਅੱਜ ਗੁਰਦੁਆਰਿਆਂ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਝਗੜੇ ਕਿਉਂ ਨੇ? ਤਲਵਾਰਾਂ ਕਿਉਂ ਚੱਲਦੀਆਂ ਨੇ? ਡਾਂਗਿਆਂ ਕਿਉਂ ਚੱਲਦੀਆਂ ਨੇ? ਇਲੈਕਸ਼ਨ ਕਿਉਂ ਹੁੰਦੇ ਨੇ? ਇਹ ਤਾਂ ਧਰਮ ਦਾ ਹਿੱਸਾ ਨੇ, ਕਿਉਂ ਚੱਲਦੇ ਨੇ? ਕਿਉਂਕਿ ਦੌਲਤ ਹੈ। ਗੁਰੂ ਬਖਸ਼ਿਸ਼ ਕਰੇ, ਕਰੀਬ 20 ਸਾਲ ਹੋ ਗਏ ਨੇ ਇਹ ਸਤਸੰਗ ਦੇ ਅਸਥਾਨ ਸਾਧਨ ਬਣੇ ਨੇ। 20 ਸਾਲਾਂ 'ਚ ਕੋਈ ਝਗੜਾ ਨਹੀਂ। ਕਿਉਂ? ਕਿਉਂਕਿ ਕੋਈ ਮੰਗ ਨਹੀਂ। ਬੜੀ ਖੁਸ਼ੀ ਨਾਲ ਭੇਟਾ ਗੁਰੂ ਸਾਹਿਬ ਦੀ ਕਰੋ ਨਾ ਕਰੋ, ਗੁਰੂ ਕੋਈ ਮੰਗਤਾ ਨਹੀਂ। ਆਓ ਕੀਰਤਨ ਭੇਟ ਕਰੋ ਨਾ ਕਰੋ, ਕੋਈ ਮੰਗ ਨਹੀਂ, ਬਿਲਕੁਲ ਕੋਈ ਮੰਗ ਨਹੀਂ। ਬੜੇ ਸਪਸ਼ਟ ਕਹਿਣਾ ਚਾਹੁੰਦਾ, ਬਸ ਆਓ ਸਮਝੋ ਬਾਣੀ ਨੂੰ ਸਰਲ। ਅਸੀਂ ਬਾਣੀ ਹਿਰਦੇ 'ਚ ਵਸਾਈਏ ਅਤੇ ਆਪਣੇ ਜੀਵਨ ਦਾ ਹਿੱਸਾ ਬਣਾਈਏ। ਇਸ ਤੋਂ ਜ਼ਿਆਦਾ ਇਸ ਅਸਥਾਨ ਦੀ ਹੋਰ ਕੋਈ ਮੰਗ ਨਹੀਂ। ਝਗੜਾ ਵੀ ਇਸੇ ਲਈ ਨਹੀਂ, ਅਸਥਾਨਾਂ 'ਤੇ ਝਗੜੇ ਕਿਉਂ ਨੇ? ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਦੋਂ ਆਉਂਦੇ ਨੇ ਉੱਥੇ ਵੇਖ ਲਓ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਜਾਂਦੀਆਂ, ਕਿਉਂ? ਇੱਕ ਖਿਆਲ ਕਰਿਓ, ਜਿਹੜੀ ਚੀਜ਼ ਸੰਸਾਰ ਨੂੰ ਰਿਝਾਉਣ ਵਾਲੀ ਹੈ ਉਹ ਨਿਰੰਕਾਰ ਨੂੰ ਰਿਝਾ ਨਹੀਂ ਸਕਦੀ। ਦੋਵਾਂ ਵਿੱਚ ਫਰਕ ਹੈ। ਮਨੁੱਖ ਨੇ ਉਹੋ ਹੀ ਚੀਜ਼ਾਂ ਦਾਨ ਦਾ ਰੂਪ ਬਣਾ ਲਈਆਂ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਮੈਂ ਹੈਰਾਨ ਹੋਇਆ, ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜਿੱਥੇ ਲਫ਼ਜ਼ ਕਣਕ ਕਾਮਣੀ ਰਾਤ ਆਇਆ ਵਾਰ ਵਾਰ, ਉੱਥੇ ਦਾਨ ਵਿੱਚ ਵੀ ਇਹ ਲਫ਼ਜ਼ ਆਏ ਨੇ। ਕਣਕ ਕਾਮਣੀ ਹੈ ਵਰਗਾਵਰੀ, ਕਣਕ ਕਾਮਣੀ ਹੈ ਵਰਗਾਵਰ, ਬਹੁ ਵਿਧ ਦਾਨ ਦਤਾਰਾ। ਬੇਸ਼ੱਕ ਕਣਕ ਕਾਮਣੀ ਦਾਨ ਕਰ ਲੈ, ਔਰ ਇਹੋ ਕਾਰਨ ਹੈ ਬ੍ਰਾਹਮਣ ਨੇ ਐਸੀਆਂ ਚੀਜ਼ਾਂ ਦੇ ਵਿੱਚ ਔਰਤ ਦਾ ਦਾਨ ਵੀ ਰੱਖ ਲਿਆ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਅਸ ਦਾਨ, ਗਜ ਦਾਨ, ਸਹਿਜ ਅੰਡਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਕੀ ਜਾਏ। ਕਿਉਂਕਿ ਔਰਤਾਂ ਦਾਨ ਕਰਨ ਦਾ ਰਿਵਾਜ਼ ਵੀ ਪਾ ਦਿੱਤਾ ਗਿਆ ਹੈ। ਅਤੇ ਗੁਰੂ ਨੇ ਬਾਣੀ ਵਿੱਚ ਆਖਿਆ, ਕਣਕ ਕਾਮਣੀ ਹੈਵਰ ਗੈਵਰ, ਬਹੁ ਬਿਸਦਾਨ ਦਤਾਰਾ, ਅੰਨ ਵਸਤਰ ਭੂਮ ਬਹੁ ਅਰਪੈ ਨਹਿ ਮਿਲੀਏ ਹਰਦੁਆਰਾ। ਰੱਬ ਨਹੀਂ ਮਿਲਦਾ, ਪਰ ਮਨੁੱਖ ਕਿੱਡਾ ਭੋਲਾ ਸੀ। ਇਹਨੇ ਰੱਬ ਨੂੰ ਮਿਲਣ ਦੀ ਚਾਹਤ ਤਾਂ ਹਿਰਦੇ ਵਿੱਚ ਰੱਖ ਲਈ, ਪਰ ਗਿਆਨ ਨਾ ਪ੍ਰਾਪਤ ਕੀਤਾ। ਤੜਪ ਹੈ, ਗਿਆਨ ਕੋਈ ਨਹੀਂ। ਤੜਪ ਨੇ ਅਸਥਾਨ ਬਣਾ ਦਿੱਤੇ ਨੇ, ਤੜਪ ਨੇ ਸੋਨੇ ਦੇ ਮਹੱਲ ਬਣਾ ਦਿੱਤੇ ਨੇ, ਤੜਪ ਨੇ ਸੋਨੇ ਦੇ ਛੱਬੇ ਚੜਾ ਦਿੱਤੇ ਨੇ, ਦੋ ਦੋ ਲੱਖ ਤੇ 2.5 ਲੱਖ ਦੇ ਰੁਮਾਲੇ ਭੇਟ ਕਰਾ ਦਿੱਤੇ ਨੇ, ਪਰ ਤੜਪ ਨੇ ਗਿਆਨ ਨਹੀਂ ਦਿੱਤਾ। ਰੱਬ ਕਿਵੇਂ ਰੀਝਦਾ? ਗੁਰੂ ਨੇ ਇੱਕ ਲਾਈਨ ਅੰਦਰ ਜਵਾਬ ਦੇ ਦਿੱਤਾ, ਕਹਿਣ ਲੱਗੇ, ਸਤ ਸੰਤੋਖ
ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ। ਆਸੀ ਸ਼ਿੰਗਾਰ ਜਿਹਦੇ ਨਾਲ ਰੱਬ ਰਿਜਦਾ ਹੈ। ਮੈਂ ਕੰਮ ਨੂੰ ਮੇਰਾ ਕੰਤ ਕਰਤਾ ਰਚ ਰਚ ਤੰਕੋ ਕਰੋ ਸ਼ਿੰਗਾਰ। ਆ ਸ਼ਿੰਗਾਰ ਸੀ ਗੁਰੂ ਨੇ ਬਾਣੀ ਵਿੱਚ ਆਖਿਆ, ਕਵਨ ਸੋ ਅੱਖਰ ਕਵਨ ਗੁਣ, ਕਵਨ ਸੋ ਮਨੀਆ ਮੰਤ, ਕਵਨ ਸੋ ਵੇ ਸੋ ਹੋ ਕਰੀ ਜਿਤ ਵਸ ਆਵੇ ਕੰਤ ਮੇਰਾ ਕੰਤ ਕਰਤਾਰ। ਰਚ ਰਚ ਤਾਂ ਕੋ ਕਰੋ ਸ਼ਿੰਗਾਰ, ਕਮਨ ਸੋਵੇ ਸੋ ਕਰੀ ਜਿਤ ਵਸ ਆਵੇ ਕੰਤ। ਤੇ ਜਵਾਬ ਕੀ ਸੀ, ਨਿਵਨ ਸੋ ਅੱਖਰ ਖਮਣ ਗੁਣ, ਉੱਥੇ ਦੌਲਤ ਦਾ ਨਾਂ ਨਹੀਂ, ਉੱਥੇ ਸੋਨੇ ਦਾ ਨਾਂ ਨਹੀਂ, ਨਿਵਨ ਸੋ ਅੱਖਰ ਖਿਵਨ ਗੁਣ, ਜੇਬਾ ਮਨੀਆ ਮੰਤ, ਇਤਰੇ ਭੈਣੇ ਵੇਸ ਕਰ ਸ਼ਿੰਗਾਰ ਬਣਾਵੋ, ਇਤਰੇ ਭੈਣੇ ਵੇਸ ਕਰ ਬਸ ਆਵੀ ਕੰਤ। ਪੁੱਛ ਦਈਏ ਤੇ ਮੈਨੂੰ ਮਤ ਦੇ ਜਿਹਦੇ ਨਾਲ ਮੈਂ ਆਪਣੇ ਕੰਤ ਕਰਤਾਰ ਨੂੰ ਰਿਝਾ ਸਕਾਂ। ਸਖੀ ਮੁਝੇ ਮਤਾਵੋ ਬਤਾਵੋ ਮੁਝੇ ਮਤੀਰੀ, ਸਖੀ ਬਤਾਵੋ ਮੁਝੇ ਮਤੀਰੀ, ਮੈਨੂੰ ਉਹ ਮਤ ਦੇ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਸਖੀ ਸਹੇਲੀ ਕੋ ਸਮਝਾਵੇ। ਜਦੋਂ ਪੁੱਛਦੀ ਹੈ ਨਾ ਕਿਵੇਂ ਰਿਝਾਵਾਂ, ਤੇ ਜਵਾਬ ਵੀ ਬਾਣੀ ਅੰਦਰ ਗੁਰਬਾਣੀ ਅੰਦਰ ਬੜਾ ਖੂਬਸੂਰਤ ਜਵਾਬ ਹੈ। ਕਹਿੰਦੇ ਨੇ ਸਖੀ ਸਹੇਲੀ ਕੋ ਸਮਝਾਵੇ। ਆ ਮੈਂ ਤੈਨੂੰ ਮਤ ਦਿੰਦੀ ਹਾਂ, ਉਹ ਮਤ ਕੀ ਹੈ, ਸੋਈ ਕਮਾਏ ਜੋ ਪ੍ਰਭ ਭਾਵ ਹੈ। ਜਿਹੜਾ ਪ੍ਰਭੂ ਨੂੰ ਚੰਗਾ ਲੱਗੇ ਕੰਮ, ਬਸ ਉਹ ਕੰਮ ਕਰੀਏ। ਚੱਲ ਇਹ ਨਾ ਸੋਚ ਕਿ ਰੁਮਾਲਾ ਕਿੱਡਾ ਕੀਮਤੀ ਹੈ, ਇਹ ਨਾ ਸੋਚ ਕਿ ਮੈਂ ਵੇਟ ਕੀ ਕਰ ਰਹੀ ਹਾਂ, ਰੱਬ ਕੋਈ ਮੰਗਤਾ ਨਹੀਂ। ਗੁਰਬਾਣੀ ਹੈ, ਹਰ ਗੱਲ ਖੋਲ੍ਹ ਕੇ ਦੱਸਦੀ ਹੈ। ਸਖੀ ਸਹੇਲੀ ਕੋ ਸਮਝਾਵੇ, ਸੋਈ ਕਮਾਏ ਜੋ ਪ੍ਰਭ ਭਾਵੇ, ਸਾ ਸੁਹਾਗਣ ਕੰਤ ਸਮਾਵੇ। ਅਗਲੇ ਪਾਸੇ ਇੱਕ ਲਫ਼ਜ਼ ਕਹਿੰਦੇ ਨੇ, ਗਰਭ ਗਹੇਲੀ ਮੈਲ ਨਾ ਪਾਵੇ। ਜਿਹੜੀ ਹੰਕਾਰ ਵਿੱਚ ਹੈ ਨਾ, ਮੈਂ ਬਹੁਤ ਹੀ ਭੇਟਾ ਕਰ ਸਕਦੀ ਹਾਂ, ਜਿਹੜੀ ਹੰਕਾਰ ਵਿੱਚ ਹੈ ਨਾ, ਮੈਂ ਆਪ ਗੁਰਦੁਆਰਾ ਬਣਾ ਸਕਣਾ ਹਾਂ।
ਕਹਿੰਦੇ ਨੇ ਜਿਹੜੀ ਗਰਭ ਵਿੱਚ ਹੰਕਾਰ ਵਿੱਚ ਹੈ ਉਹ ਕਦੀ ਦਰਵਾਜ਼ੇ ਤੱਕ ਨਹੀਂ ਪਹੁੰਚ ਸਕਦੀ। ਇਹ ਮਤ ਹੈ ਸਖੀ ਦੇਣ ਦੀ, ਕਿਉਂਕਿ ਸਖੀ ਕੋਲੋਂ ਪੁੱਛਿਆ ਜਾ ਰਿਹਾ ਹੈ, ਜਿੰਨੀ ਸਖੀ ਸਹਿ ਰਵੇ ਆ ਤੈਨੂੰ ਪੁੱਛੋਂਗੀ ਜਾਏ, ਪਾਏ ਲੱਗੋ ਬੇਨਤੀ ਕਰੋ, ਲਿਹੋਂਗੀ ਪੰਥ ਬਤਾਏ, ਮੈਨੂੰ ਰਸਤਾ ਦੱਸ, ਮੈਨੂੰ ਉਹ ਮਤ ਦੇ ਕਿ ਮੈਂ ਆਪਣੇ ਕੰਤ ਪ੍ਰਭੂ ਨੂੰ ਰਿਝਾ ਸਕਾਂ। ਦੁਹਰਫੀ ਸਵਾਲ ਹੈ ਅਤੇ ਕਹਿੰਦੇ ਨੇ ਸਖੀ ਬਤਾਓ ਮੁਝੇ ਮਤੀ ਸਖੀ ਸਤ ਸੰਗਤ। ਇਹ ਸਤਸੰਗ ਕੇਵਲ ਸਖੀਆਂ ਦੀ ਇਕੱਤਰਤਾ ਹੈ ਅਤੇ ਇੱਥੇ ਇੱਕ ਦੂਜੇ ਕੋਲੋਂ ਸਮਝਣਾ ਹੈ, ਗੁਰਬਾਣੀ ਰਾਹੀਂ ਸਮਝਣਾ ਹੈ ਕਿ ਪ੍ਰਭੂ ਦਾ ਮਿਲਾਪ, ਪ੍ਰਭੂ ਦਾ ਰਿਝਾਣਾ, ਉਹਦੀ ਖੁਸ਼ੀ ਕਿਵੇਂ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।